ਇਟਲੀ 'ਚ ਪੰਜਾਬੀ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ। 2.5 ਸਾਲ ਦੇ ਬੱਚੇ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ। ਖੰਨਾ ਦੇ ਪਿੰਡ ਗੱਗੜ ਮਾਜਰਾ ਦੇ ਵਸਨੀਕ ਕੁਲਵੰਤ ਸਿੰਘ ਦੀ ਇਟਲੀ ਦੇ ਵਿੱਚ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਕੁਲਵੰਤ ਦਾ ਦੋਸਤ ਜਸਪ੍ਰੀਤ ਸਿੰਘ ਵਾਸੀ ਫਤਿਹਗੜ੍ਹ ਸਾਹਿਬ ਦੇ ਪਿੰਡ ਹਰਲਾਲਪੁਰਾ ਗੰਭੀਰ ਜ਼ਖਮੀ ਹੋ ਗਿਆ। ਦੋਵੇਂ ਕਾਰ 'ਚ ਕੰਮ ਤੋਂ ਪਰਤ ਰਹੇ ਸੀ। ਉਸਦੀ ਕਾਰ ਬੇਕਾਬੂ ਹੋ ਕੇ ਪਲਟ ਗਈ ਅਤੇ ਫਿਰ ਇੱਕ ਖੰਭੇ ਨਾਲ ਜਾ ਟਕਰਾਈ। ਹਾਦਸੇ ਵਿੱਚ ਕੁਲਵੰਤ ਦੀ ਮੌਤ ਹੋ ਗਈ ਹੈ। ਕੁਲਵੰਤ ਇਟਲੀ ਦੇ ਬਰਗਾਮੋ ਜ਼ਿਲ੍ਹੇ ਦੇ ਕਸਬੇ ਸੂਸੀਓ ਵਿੱਚ ਰਹਿੰਦਾ ਸੀ। ਮ੍ਰਿਤ ਕੁਲਵੰਤ ਦੀ ਮਾਤਾ ਅਤੇ ਭਰਾ 1.5 ਮਹੀਨਾ ਪਹਿਲਾਂ ਪੰਜਾਬ ਪਰਤੇ ਨੇ। ਪਿੰਡ ਗੱਗੜ ਮਾਜਰਾ ਵਿੱਚ ਰਹਿੰਦੇ ਨੇ। ਲਗਭਗ 15 ਸਾਲ ਤੋਂ ਇਟਲੀ ਵਿੱਚ ਰਹਿੰਦਾ ਸੀ। ਕਦੇ ਕਦਾਈ ਪਰਿਵਾਰ ਨੂੰ ਮਿਲਣਾ ਆਉਂਦਾ ਸੀ। ਉਸਦੀ ਪਤਨੀ ਅਤੇ 2.5 ਸਾਲਾਂ ਬੇਟਾ ਵੀ ਇਟਲੀ ਵਿੱਚ ਹੈ। ਕੁਲਵੰਤ ਕਰੀਬ 1.5 ਮਹੀਨਾ ਪਹਿਲਾਂ ਹੀ ਪੰਜਾਬ ਤੋਂ ਪਰਤਿਆ। ਉਹ ਹਰ ਰੋਜ਼ ਆਪਣੀ ਮਾਂ ਨਾਲ ਫੋਨ 'ਤੇ ਉਸਦੀ ਹਾਲਤ ਜਾਣਨ ਲਈ ਗੱਲ ਕਰਦਾ ਰਹਿੰਦਾ ਸੀ। ਕੈਨੇਡਾ ਰਹਿੰਦੇ ਰਿਸ਼ਤੇਦਾਰਾਂ ਨੇ ਪਰਿਵਾਰ ਨੂੰ ਫੋਨ 'ਤੇ ਹਾਦਸੇ ਦੀ ਜਾਣਕਾਰੀ ਦਿੱਤੀ। ਮ੍ਰਿਤਕ ਕੁਲਵੰਤ ਦੇ ਭਰਾ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਅੰਤਿਮ ਸੰਸਕਾਰ ਇਟਲੀ ਦੇ ਵਿੱਚ ਹੀ ਕੀਤਾ ਜਾਵੇਗਾ। ਕਿਸ ਤਰ੍ਹਾਂ ਹੋਇਆ ਇਟਲੀ ਪਤਾ ਲੱਗਿਆ ਫੋਨ 'ਤੇ ਕੀ ਗੱਲਬਾਤ ਹੋਈ? ਹਾਂ ਜੀ, ਮੈਂ ਕੇਸ ਐਕਸੀਡੈਂਟ ਕੇਸ ਹੋਇਆ। ਅਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਉੱਥੋਂ? ਸਾਨੂੰ ਫੋਨ ਆਇਆ ਸੀ। ਲੱਗਿਆ ਪਤਾ ਵੀ ਐਕਸੀਡੈਂਟ ਹੋਇਆ ਕਿਵੇਂ ਜੀ ਜਾਂ ਕਿਵੇਂ ਕਿੱਥੋਂ ਆ ਰਹੇ? ਹਾਂ ਜੀ, ਆਪੇ ਕੰਮ ਤੋਂ ਆਉਂਦੀ ਸੀ ਅਤੇ ਰਸਤੇ 'ਚ ਗੱਡੀ ਨਾਲ ਮੁਪੇਟ ਹੋ ਗਈ ਬਸ ਜੀ। ਉਹ ਜਾ ਕੇ ਇਹਨਾਂ ਦੀ ਗੱਡੀ ਖੰਭੇ 'ਚ ਲੱਗ ਗਈ ਅਤੇ 5-10 ਮਿੰਟ ਬਾਅਦ ਬਸ ਪਤਾ ਲੱਗ ਗਿਆ ਇਹਨਾਂ ਨੂੰ ਘਰ ਪਰਿਵਾਰ ਨੂੰ। ਕਿੰਨਾ ਚਿਰ ਪਹਿਲਾਂ ਗਏ ਸੀ? 1.5 ਮਹੀਨਾ ਹੋਇਆ ਜੀ। ਅਤੇ ਪਰਿਵਾਰ ਉੱਥੇ ਰਹਿੰਦਾ ਹੁੰਦਾ ਜੀ? ਹਾਂ ਜੀ, ਉੱਥੇ ਦੀ ਪਰਿਵਾਰ ਤਾਂ। ਇੱਥੇ ਕੌਣ ਕੌਣ ਰਹਿੰਦੇ ਨੇ ਜੀ? ਇੱਥੇ ਮੇਰੀ ਮਾਤਾ ਨੇ, ਡੈਡੀ ਨੇ, ਡੈਡੀ ਤਾਂ ਗੁਜਰੇ ਹੋਏ ਅਤੇ ਤਾਇਆ ਜੀ ਨੇ, ਬਾਕੀ ਹੋਰ ਸਾਰੇ ਮੇਰੀ ਫੈਮਿਲੀ ਸਾਰੀ ਉਰੇ ਰਹਿੰਦੇ ਨੇ। ਭਰਾ ਨਾਲ ਕਦੋਂ ਕੋਈ ਐਕਸੀਡੈਂਟ ਤੋਂ ਪਹਿਲਾਂ ਕਦ ਗੱਲ ਹੋਈ ਸੀ ਭਰਾ ਨਾਲ ਤੁਹਾਡੀ ਫੋਨ 'ਤੇ ਜਾਂ ਘਰੇ ਗੱਲ ਹੋਈ ਹੋਵੇ ਕਿਸੇ ਨਾਲ ਜੀ? ਉਹਨਾਂ ਦੇ ਫੋਨ ਆਏ ਜੀ ਪਰਸੋਂ ਜੀ। ਉਹਨਾਂ ਨੇ ਮੇਰੇ ਕੋਲ, ਮੇਰੇ ਕਿਹੜਾ ਭਰਾ ਦੂਏ ਕਨੇਡਾ 'ਚ ਰਹਿੰਦੇ ਨੇ, ਉਹ ਮੇਰੀ ਕਿਹੜੀ ਸਿਸਟਰ ਆ, ਆਪਣੀ ਭੈਣ ਆ ਮੇਰੀ, ਉਹਨਾਂ ਨੇ ਉਹਨੂੰ, ਮੇਰੇ ਚਾਚਾ ਮੁੰਡੇ ਨੇ ਕਿਹੜੇ, ਉਹਨਾਂ ਨੂੰ ਫੋਨ ਕੀਤਾ ਅਤੇ ਉਹਨੇ ਮੈਨੂੰ ਸਾਜਰੇ 8 ਵਜੇ ਮੈਨੂੰ ਫੋਨ ਕਰਤਾ ਵੀ ਘਰ ਨਾ ਦੱਸੀ ਤੂੰ, ਇੱਕ ਨਿਕਣ ਗੱਲ ਹੋ ਗਈ। 1.5 ਮਹੀਨੇ ਪਹਿਲਾਂ ਜਦੋਂ ਛੁੱਟੀ ਆਈ ਸੀ ਉੱਥੋਂ ਤਾਂ ਕਿੰਨਾ ਸਮਾਂ ਘਰ ਬਿਤਾ ਕੇ ਗਏ ਸੀ? ਉਹਦੇ 3 ਮਹੀਨੇ ਲੱਗ ਗਈ ਸੀ। ਕੋਈ ਐਕਸੀਡੈਂਟ ਤੋਂ ਪਹਿਲਾਂ ਪਰਿਵਾਰ ਨਾਲ ਗੱਲਬਾਤ ਜਿਵੇਂ ਆਮ ਰੂਟੀਨ 'ਚ ਹੁੰਦੀ ਰਹਿੰਦੀ, ਕਦੇ ਕਦੋਂ ਫੋਨ ਆਇਆ ਸੀਗਾ ਜੀ? ਫੋਨ ਤਾਂ ਰੋਜ਼ ਹੀ ਆਉਂਦੇ ਸੀ। ਇੱਕ ਦਿਨ ਪਹਿਲਾਂ ਹੀ ਆਉਂਦੇ ਜੀ? ਹਾਂ ਜੀ, ਫੋਨ ਤਾਂ ਰੋਜ਼ ਹੀ ਕਰਦੇ ਸੀ। ਆਸ ਇਹੋ ਜਿਹੀ ਕੋਈ ਗੱਲਬਾਤ ਹੀ ਨਹੀਂ ਸੀ ਵੀ ਇੱਕਣ ਹੋ ਜਾਣਗੇ। ਉਹਨਾਂ ਦੇ ਪਰਿਵਾਰ 'ਚ ਉੱਥੇ ਕੌਣ ਫੋਨ ਆ ਜੀ ਇਟਲੀ? ਇਟਲੀ ਦੇ ਆਪਣੇ ਇਹਨਾਂ ਦੇ ਲੜਕਾ ਦੀ ਘਰ ਦੇ ਅਤੇ ਤਿੰਨੇ ਹੀ ਅਤੇ ਕੁਲਵੰਤ ਸਿੰਘ ਜੀ, ਬਾਕੀ ਮੇਰੀ ਭੈਣ ਆ, ਆਪਣਾ ਪ੍ਰਾਹੁਣਾ ਜੀ, ਬਾਕੀ ਉਹਦੇ ਜਵਾਕ ਨੇ, ਇਕੱਠੇ ਹੀ ਰਹਿੰਦੇ ਸੀ। ਪੱਕੇ ਉੱਥੇ? ਹਾਂ ਜੀ, ਹਾਂ ਜੀ, ਪੱਕੇ ਨੇ। ਹੁਣ ਕਿਸ ਤਰ੍ਹਾਂ ਵਿਚਾਰ ਚੱਲ ਰਿਹਾ ਜੀ ਅੰਤਿਮ ਸੰਸਕਾਰ ਦਾ, ਕੋਈ ਗੱਲਬਾਤ ਹੋਈ? ਹਾਂ ਜੀ, ਉਹ ਉੱਥੇ ਕਹਿੰਦੇ ਨੇ ਵੀ ਉੱਥੇ ਕਰਨਾ। ਚੜ੍ਹਦੀ ਕਲਾ ਟਾਈਮ ਟੀਵੀ ਦੇ ਲਈ ਖੰਨਾ ਤੋਂ JS ਰਿਆੜ ਦੀ ਰਿਪੋਰਟ।